ਜਿਵੇਂ ਕਿ ਇਸ ਵਾਰ ਹੈਲੋਵੀਨ ਤੇ ਦੀਵਾਲੀ ਇਕੱਠੇ ਆ ਰਹੇ ਨੇ ਤਾਂ ਇਸ ਮੌਕੇ ਇਹਨਾਂ ਤਿਉਹਾਰਾਂ ਦੇ ਸਮੇਂ ਜਿਵੇਂ ਕਿ ਬੰਬ ਪਟਾਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਚਲਾਏ ਜਾਂਦੇ ਨੇ ਤੇ ਇਸੇ ਨੂੰ ਘੱਟ ਕਰਨ ਵਾਸਤੇ ਸਰੀ ਵਿੱਚ ਇੱਕ ਨਵਾਂ ਹੀ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਜੁਰਮਾਨੇ ਵਧਾ ਦਿੱਤੇ ਗਏ ਨੇ ਜੇਕਰ ਕੋਈ ਹੈਲੋਵੀਨ ਤੇ ਦੀਵਾਲੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਚਲਾਉਂਦਾ ਹੈ ਆਤਿਸ਼ਬਾਜ਼ੀ ਕਰਦਾ ਹੈ ਤਾਂ ਉਹਨਾਂ ਨੂੰ ਮੋਟੇ ਜੁਰਮਾਨੇ ਅਦਾ ਕਰਨੇ ਪੈ ਸਕਦੇ ਨੇ ਜਿਸ ਦੇ ਬਾਰੇ ਸੋਮਵਾਰ ਦੀ ਬੈਠਕ ਵਿੱਚ ਇਸ ਸੰਬੰਧੀ ਫੈਸਲਾ ਲਿਆ ਗਿਆ ਜਿੱਥੇ ਕਿ ਬੈਠਕ ਵਿੱਚ ਫਾਇਰ ਚੀਫ ਲੈਰੀ ਥੋਮਸ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਔਸਤਨ 12 ਤੋਂ 20 ਕਿ ਆਤਿਸ਼ਬਾਜ਼ੀ ਦੇ ਕਰਕੇ ਕਈ ਥਾਵਾਂ 'ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਅਤੇ ਖਾਸ ਤੌਰ 'ਤੇ ਅਕਤੂਬਰ ਤੋਂ ਨਵੰਬਰ ਦੇ ਸਮੇਂ ਦਰਮਿਆਨ ਇਹ ਮਾਮਲੇ ਹਮੇਸ਼ਾ ਵੱਧ ਜਾਂਦੇ ਨੇ ਜਿਸ ਪਿੱਛੇ ਇਹਨਾਂ ਤਿਉਹਾਰਾਂ ਦੇ ਮੌਕੇ 'ਚ ਲਾਈ ਜਾਣ ਵਾਲੇ ਪਟਾਕੇ ਅਤੇ ਆਤਿਸ਼ਬਾਜ਼ੀ ਨੂੰ ਵੀ ਕਾਰਨ ਮੰਨਿਆ ਜਾ ਸਕਦਾ ਜਿਸ ਕਰਕੇ ਇਸ ਉੱਤੇ ਕਾਬੂ ਪਾਉਣ ਦੇ ਲਈ ਹੋਰ ਸਖ਼ਤੀ ਦਾ ਐਲਾਨ ਕੀਤਾ ਗਿਆ ਜਿਸ ਦੇ ਲਈ ਜੁਰਮਾਨੇ ਹੀ ਵਧਾ ਦਿੱਤੇ ਗਏ ਨੇ ਜੇਕਰ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਚਲਾਉਂਦਾ ਹੈ ਤਾਂ ਉਸ ਵਾਸਤੇ ਜੋ ਘੱਟੋ ਘੱਟ ਜੁਰਮਾਨਾ ਇਸ ਸਮੇਂ$100 ਸੀ ਉਹ $400 ਕਰ ਦਿੱਤਾ ਜਾਵੇਗਾ ਅਤੇ ਜੋ $5,000 ਤੱਕ ਦਾ ਜੁਰਮਾਨਾ ਸੀ ਉਸ ਨੂੰ $50,000 ਤੱਕ ਕਰ ਦਿੱਤਾ ਜਾਵੇਗਾ। ਫਾਇਰਵਰਕਸ ਬਾਇਲਾਅ ਦੇ ਵਿੱਚ ਇਹ ਨਵੀਂ ਸੋਧ ਕੀਤੀ ਗਈ ਹੈ ਜਿਸ ਬਾਰੇ ਜਾਣਕਾਰੀ ਨੂੰ ਜਨਤਕ ਵੀ ਕਰ ਦਿੱਤਾ ਗਿਆ। ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਦੁਨੀਆ ਭਰ ਦੀਆਂ ਯੂਨੀਵਰਸਿਟੀਜ਼ ਦੀ ਸੂਚੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਇੱਕ ਤੋਂ ਬਾਅਦ 1000 ਯੂਨੀਵਰਸਿਟੀਜ਼ ਦੇ ਨਾਮ ਸ਼ਾਮਲ ਕੀਤੇ ਗਏ ਨੇ ਕਿ ਕਿਹੜੀ ਯੂਨੀਵਰਸਿਟੀ ਕਿੰਨਵੇਂ ਸਥਾਨ ਦੇ ਉੱਤੇ ਆਉਂਦੀ ਹੈ। ਬ੍ਰਿਟਿਸ਼ ਮੈਗਜ਼ੀਨ ਟਾਈਮਸ ਹਾਇਰ ਐਜੂਕੇਸ਼ਨ ਦੇ ਵੱਲੋਂ ਇਸ ਰਿਪੋਰਟ ਨੂੰ ਹਰ ਸਾਲ ਦੀ ਤਰ੍ਹਾਂ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਕੈਨੇਡਾ ਦੀ ਯੂਨੀਵਰਸਿਟੀ ਯੂਨੀਵਰਸਿਟੀ ਆਫ ਟੋਰੋਂਟੋ ਵੀ ਸ਼ਾਮਲ ਹੈ ਜੋ ਕਿ 21ਵੇਂ ਸਥਾਨ ਉੱਤੇ ਅਤੇ 41ਵੇਂ ਸਥਾਨ ਉੱਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਸਥਾਨ ਪਾਇਆ ਗਿਆ। ਕਰੀਬ 2000 ਯੂਨੀਵਰਸਿਟੀਜ਼ ਇਸ ਸੂਚੀ ਵਿੱਚ ਸ਼ਾਮਲ ਨੇ ਜਿਸ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਵੀ ਸ਼ਾਮਲ ਹੈ। ਪਿਛਲੇ ਸਾਲ ਜਿਸ ਦਾ ਸਥਾਨ 251 ਤੋਂ 300 ਦੇ ਦਰਮਿਆਨ ਰਿਹਾ ਸੀ ਪਰ ਇਸ ਸਾਲ ਇਹ ਕੁਝ ਹੋਰ ਪਿੱਛੇ ਚੱਲਿਆ ਗਿਆ ਹੈ ਜੋ ਕਿ 301 ਤੋਂ ਲੈ ਕੇ 350 ਦੇ ਦਰਮਿਆਨ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਆਫ ਨਾਰਦਰਨ ਬ੍ਰਿਟਿਸ਼ ਕੋਲੰਬੀਆ ਜੋ ਕਿ ਪ੍ਰਿੰਸ ਜਾਰਜ ਦੇ ਵਿੱਚ ਹੈ ਉਸਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ ਪਰ ਇਸ ਯੂਨੀਵਰਸਿਟੀ ਦਾ ਨਾਮ 1000ਵੇਂ ਸਥਾਨ ਤੋਂ ਵੀ ਉੱਪਰ ਹੈ। ਪਰ ਜੇਕਰ ਸਿਰਫ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚੋਂ ਪਹਿਲੇ ਸਥਾਨ ਉੱਤੇ ਯੂਨੀਵਰਸਿਟੀ ਆਫ ਟੋਰੋਂਟੋ ਹੈ ਤਾਂ ਦੂਜੇ ਸਥਾਨ ਉੱਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਹੈ ਅਤੇ ਦੁਨੀਆ ਭਰ ਵਿੱਚ ਪਹਿਲੇ ਸਥਾਨ ਉੱਤੇ UK ਦੀ ਯੂਨੀਵਰਸਿਟੀ ਆਫ ਆਕਸਫੋਰਡ ਹੈ ਜੋ ਪਿਛਲੇ 9 ਸਾਲ ਤੋਂ ਪਹਿਲੇ ਹੀ ਸਥਾਨ ਉੱਤੇ ਰਹਿ ਰਹੀ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਨੂੰ ਮੰਗਲਵਾਰ ਦੇ ਦਿਨ ਪਾਰਲੀਮੈਂਟ ਵਿੱਚ ਸਪੀਕਰ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਨੇ ਪੀਅਰ ਪੋਲੀਐਵ ਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਬਾਰੇ ਐਲਾਨ ਕਰ ਦਿੱਤਾ ਕਿਉਂਕਿ ਜੋ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਦੇ ਖਿਲਾਫ ਇੱਕ ਬਿਆਨ ਦੇ ਦਿੱਤਾ ਗਿਆ ਸੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਵੱਲੋਂ ਪਾਰਲੀਮੈਂਟ ਵਿੱਚ ਸੋਮਵਾਰ ਦੇ ਦਿਨ ਜਿਸ ਵਾਸਤੇ ਉਹਨਾਂ ਨੇ ਮਾਫ਼ੀ ਨਹੀਂ ਮੰਗੀ ਜਿਸ ਕਰਕੇ ਸਪੀਕਰ ਦੇ ਵੱਲੋਂ ਇਹ ਸਜ਼ਾ ਵਜੋਂ ਐਲਾਨ ਕੀਤਾ ਗਿਆ ਕਿ ਮੰਗਲਵਾਰ ਨੂੰ ਪਾਰਲੀਮੈਂਟ ਵਿੱਚ ਪੋਲੀਐਵ ਬੋਲਣਗੇ ਨਹੀਂ ਜਿਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣ ਦੇ ਵਾਸਤੇ ਕਿਹਾ ਗਿਆ ਸੀ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਜਿਸ ਕਰਕੇ ਪੀਅਰ ਪੋਲੀਐਵ ਨੂੰ ਪਾਰਲੀਮੈਂਟ ਵਿੱਚ ਨਾ ਬੋਲਣ ਦੇ ਲਈ ਕਹਿ ਦਿੱਤਾ ਗਿਆ। ਜਿਵੇਂ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਉੱਤੇ ਹਮਾਸ ਨੇ ਹਮਲਾ ਕੀਤਾ ਸੀ ਜਿਸ ਵਿੱਚ 7 ਕੈਨੇਡੀਅਨਸ ਦੀ ਵੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਨੂੰ ਹੁਣ ਤੱਕ 1 ਸਾਲ ਦਾ ਸਮਾਂ ਹੋ ਗਿਆ ਅਤੇ 1 ਸਾਲ ਪੂਰਾ ਹੋਣ ਉੱਤੇ ਜਦੋਂ ਸੋਮਵਾਰ ਨੂੰ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਨੇ ਆਪਣੇ ਵੱਲੋਂ ਇਸ ਦੇ ਉੱਤੇ ਬਿਆਨ ਦਿੱਤਾ ਤਾਂ ਉਹਨਾਂ ਨੇ ਵਿਦੇਸ਼ ਮੰਤਰੀ ਦੇ ਉੱਤੇ ਅੱਤਵਾਦੀ ਸੰਗਠਨ ਹਮਾਸ ਦੇ ਸਮਰਥਕਾਂ ਨੂੰ ਇੱਕ ਤਰ੍ਹਾਂ ਨਾਲ ਸਹਿਯੋਗ ਦੇਣ ਦੇ ਇਲਜ਼ਾਮ ਲਾਏ। ਇੱਥੇ ਜ਼ਿਕਰਯੋਗ ਹੈ ਕਿ ਸਤੰਬਰ ਦੀ ਸ਼ੁਰੂਆਤ ਤੋਂ ਪਾਰਲੀਮੈਂਟ ਸੈਸ਼ਨ ਜਦੋਂ ਤੋਂ ਸ਼ੁਰੂ ਹੋਇਆ ਹੈ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਵੱਲੋਂ ਕਈ ਵਾਰ ਇਹੋ ਜਿਹੇ ਬਿਆਨ ਦਿੱਤੇ ਜਾ ਚੁੱਕੇ ਨੇ ਜਿਸ ਵਾਸਤੇ ਸਪੀਕਰ ਦੇ ਵੱਲੋਂ ਉਹਨਾਂ ਨੂੰ ਗੁਰੇਜ਼ ਕਰਨ ਲਈ ਵੀ ਕਿਹਾ ਗਿਆ ਜਾਂ ਫਿਰ ਉਹਨਾਂ ਬਿਆਨਾਂ ਨੂੰ ਵਾਪਸ ਲੈਣ ਦੇ ਲਈ ਵੀ ਕਈ ਵਾਰ ਹੁਣ ਤੱਕ ਕਿਹਾ ਜਾ ਚੁੱਕਿਆ। ਸਰੀ ਵਿੱਚ ਇੱਕ ਔਰਤ ਨੇ ਇੱਕ ਜਣੇ ਦੇ ਚਾਕੂ ਮਾਰੇ ਸਨ ਜਿਸ ਤੋਂ ਬਾਅਦ ਹੁਣ ਉਸ ਪੀੜਤ ਦੀ ਹਸਪਤਾਲ ਵਿੱਚ ਮੌਤ ਹੀ ਹੋ ਗਈ ਹੈ। ਬੇਸ਼ੱਕ ਪਿਛਲੇ ਮਹੀਨੇ ਦਾ ਮਾਮਲਾ ਹੈ ਪਰ ਹੁਣ ਪੁਲਿਸ ਨੇ ਇਸ ਦੇ ਬਾਰੇ ਅਪਡੇਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਜੋ ਪੀੜਤ ਦੀ ਮੌਤ ਹੋਣ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਹੀ ਕਿਹਾ ਗਿਆ ਕਿ 36 ਸਾਲ ਦੀ ਜੈਨੀਫਰ ਕਿਪ ਨਾਮਕ ਔਰਤ ਹੈ ਜਿਸ ਨੂੰ ਕਿ ਸਤੰਬਰ 8 ਦੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਉੱਤੇ ਪਹਿਲਾਂ ਤਾਂ ਹਿੰਸਕ ਹਮਲਾ ਕੀਤੇ ਜਾਣ ਦਾ ਕੇਸ ਹੀ ਦਰਜ ਕੀਤਾ ਗਿਆ ਸੀ ਪਰ ਹੁਣ ਕਤਲ ਦਾ ਕੇਸ ਦਰਜ ਕੀਤਾ ਗਿਆ। 108 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਉੱਤੇ ਸਵੇਰ ਦੇ 2:16 ਦਾ ਸਮਾਂ ਸੀ ਜਦੋਂ ਪੁਲਿਸ ਵਾਲਿਆਂ ਨੂੰ ਸ਼ਿਕਾਇਤ ਮਿਲੀ ਕਿ ਉੱਥੇ ਕੋਈ ਜ਼ਖਮੀ ਮਿਲਿਆ
ਜਦੋਂ ਪੁਲਿਸ ਵਾਲੇ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਪੀੜਤ ਦੇ ਕਈ ਵਾਰ ਚਾਕੂ ਮਾਰੇ ਗਏ ਸਨ। ਪੀੜਤ ਦੀ ਪਛਾਣ ਨੂੰ ਪੁਲਿਸ ਨੇ ਫਿਲਹਾਲ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨੂੰ ਕਿ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ 13 ਸਤੰਬਰ ਨੂੰ ਉਸਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਜੈਨੀਫਰ ਕਿਪੋ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ, ਜਿਸ ਬਾਰੇ ਪੁਲਿਸ ਵਾਲਿਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ। ਹਮਲਾਵਰ ਔਰਤ ਨੂੰ ਹੁਣ ਅਕਤੂਬਰ 11 ਦੇ ਦਿਨ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਕੈਨੇਡਾ ਭਰ ਵਿੱਚ ਫੂਡ ਇੰਸਪੈਕਸ਼ਨ ਏਜੰਸੀ ਨੇ ਭੋਜਨ ਦੇ ਇਸ ਪ੍ਰੋਡਕਟ ਦੇ ਲਈ ਚੇਤਾਵਨੀ ਦਿੱਤੀ ਹੈ। ਓਨਟੇਰੀਓ ਸੂਬੇ ਵਿੱਚ ਇਸ ਨੂੰ ਖਾਣ ਦੇ ਨਾਲ 4 ਜਣੇ ਹੁਣ ਤੱਕ ਬਿਮਾਰ ਹੋ ਚੁੱਕੇ ਨੇ। ਬੀਫ ਟੰਗ ਦੇ ਲਈ ਇਹ ਰੀਕਾਲ ਜਾਰੀ ਕੀਤਾ ਗਿਆ ਹੈ। ਫੈਡਰਲ ਫੂਡ ਇੰਸਪੈਕਸ਼ਨ ਏਜੰਸੀ ਨੇ ਕਈ ਬ੍ਰਾਂਡਸ ਦੇ ਇਸ ਪ੍ਰੋਡਕਟ ਨੂੰ ਮਾਰਕੀਟ ਵਿੱਚੋਂ ਵਾਪਸ ਮੰਗਵਾਇਆ ਹੈ। ਓਨਟੇਰੀਓ ਮਿਨਿਸਟਰੀ ਆਫ ਹੈਲਥ ਨੇ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ ਕਿ 4 ਜਣੇ ਹੁਣ ਤੱਕ ਇਸ ਨੂੰ ਖਾਣ ਦੇ ਨਾਲ ਬਿਮਾਰ ਹੋ ਚੁੱਕੇ ਨੇ, ਜਿਸ ਵਿੱਚ ਇੱਕ ਬੈਕਟੀਰੀਆ ਪਾਇਆ ਗਿਆ ਹੈ ਜਿਸ ਕਰਕੇ ਵਿਅਕਤੀ ਬਿਮਾਰ ਹੋਏ ਨੇ। ਤੇ ਜੇਕਰ ਤੁਸੀਂ ਵੀ ਆਪਣੇ ਘਰ ਖਰੀਦ ਕੇ ਇਸ ਨੂੰ ਲਿਆਂਦਾ ਹੈ ਤਾਂ ਤੁਰੰਤ ਸੁੱਟ ਦਿੱਤਾ ਜਾਵੇ ਜਾਂ ਫਿਰ ਤੁਸੀਂ ਉੱਥੇ ਹੀ ਵਾਪਸ ਕਰ ਸਕਦੇ ਹੋ ਜਿੱਥੇ ਤੋਂ ਤੁਸੀਂ ਖਰੀਦਿਆ ਹੋਵੇ। ਵੱਖੋ ਵੱਖ ਕਈ ਬ੍ਰਾਂਡ ਨੇ ਜਿਨ੍ਹਾਂ ਦੇ ਜੈਲੀਡ ਬੀਫ ਟੰਗ ਪ੍ਰੋਡਕਟ ਮਾਰਕੀਟ ਵਿੱਚੋਂ ਵਾਪਸ ਮੰਗਵਾਏ ਗਏ ਨੇ, ਜਿਸ ਬਾਰੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਸਾਰੀ ਜਾਣਕਾਰੀ ਆਪਣੀ ਵੈਬਸਾਈਟ ਦੇ ਉੱਤੇ ਵੀ ਸਾਂਝੀ ਕੀਤੀ ਹੋਈ ਹੈ। ਕਿਊਬੈਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ 10 ਸਾਲ ਦੇ ਬੱਚੇ ਦੇ ਉੱਤੇ ਇੱਕ ਔਰਤ ਨੇ ਉਬਲਦਾ ਹੋਇਆ ਪਾਣੀ ਪਾ ਦਿੱਤਾ, ਕਿਉਂਕਿ ਉਸ ਔਰਤ ਨੇ ਇਲਜ਼ਾਮ ਲਾਏ ਕਿ ਉਹ ਬੱਚਾ ਉਸਦੇ ਘਰ ਦਾ ਦਰਵਾਜ਼ਾ ਲੰਮੇ ਚਿਰ ਤੋਂ ਹਰ ਰੋਜ਼ ਖੜਕਾਉਂਦਾ ਸੀ, ਜਿਸ ਵਾਸਤੇ ਉਸਨੇ ਬੱਚੇ ਦੇ ਉੱਤੇ ਉਬਲਦਾ ਹੋਇਆ ਪਾਣੀ ਪਾ ਦਿੱਤਾ। ਪਰ ਦੂਜੇ ਪਾਸੇ ਬੱਚੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਤਾਂ ਇਸੇ ਸਾਲ ਜਨਵਰੀ ਮਹੀਨੇ ਉੱਥੇ ਰਹਿਣ ਲੱਗੇ ਨੇ ਆ ਕੇ, ਤੇ ਔਰਤ ਦੀ ਸ਼ਿਕਾਇਤ ਹੈ ਕਿ ਪਿਛਲੇ 3 ਸਾਲ ਤੋਂ ਬੱਚੇ ਵੱਲੋਂ ਉਸਦੇ ਘਰ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ। ਕਿਊਬੈਕ ਦਾ ਇਹ ਮਾਮਲਾ ਹੈ ਜਿੱਥੇ ਕਿ ਹੁਣ 40 ਸਾਲ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦੇ ਉੱਤੇ ਇਲਜ਼ਾਮ ਨੇ ਕਿ 2 ਅਕਤੂਬਰ ਦੇ ਦਿਨ ਜੋ ਇੱਕ ਇਮਾਰਤ ਵਿੱਚ ਰਹਿੰਦੀ ਹੈ ਉਹ ਔਰਤ ਉਸਨੇ ਬੱਚੇ ਦੇ ਉੱਤੇ ਉਬਲਦਾ ਹੋਇਆ ਪਾਣੀ ਪਾ ਦਿੱਤਾ। ਬੱਚੇ ਦੀ ਉਮਰ ਮਹਿਜ 10 ਸਾਲ ਹੈ, ਜਿਸ ਦੇ ਪਿੱਠ ਦੇ ਉੱਤੇ ਵੀ ਜਲਣ ਦੇ ਨਿਸ਼ਾਨ ਪੈ ਗਏ ਨੇ, ਮੂੰਹ ਦੇ ਉੱਤੇ ਵੀ ਪੈ ਗਏ ਨੇ। ਬੱਚੇ ਦਾ ਕਹਿਣਾ ਹੈ ਕਿ ਉਹ ਸਕੂਲ ਤੋਂ ਆਪਣੇ ਦੋਸਤਾਂ ਨਾਲ ਘਰ ਨੂੰ ਜਾ ਰਿਹਾ ਸੀ ਕਿ ਉਸਨੇ ਛੋਟਾ ਰਸਤਾ ਚੁਣਿਆ ਜਿੱਥੇ ਤੋਂ ਉਹ ਉਸ ਔਰਤ ਦੇ ਘਰ ਅੱਗੇ ਤੋਂ ਨਿਕਲ ਕੇ ਆਪਣੇ ਘਰ ਪਹੁੰਚਿਆ, ਤੇ 4 ਵਜੇ ਸ਼ਾਮ ਨੂੰ ਉਹ 2 ਅਕਤੂਬਰ ਨੂੰ ਆਪਣੇ ਘਰ ਪਹੁੰਚਿਆ ਸੀ, ਜਦੋਂ ਉਹ ਕਾਫੀ ਉੱਚੀ ਚੀਕ ਰਿਹਾ ਸੀ, ਆਪਣੇ ਮਾਪਿਆਂ ਨੂੰ ਪੁਕਾਰ ਰਿਹਾ ਸੀ ਕਿਉਂਕਿ ਉਸਦੇ ਉੱਤੇ ਉਬਲਦਾ ਹੋਇਆ ਗਰਮ ਪਾਣੀ ਔਰਤ ਵੱਲੋਂ ਪਾ ਦਿੱਤਾ ਗਿਆ ਸੀ। ਪੁਲਿਸ ਦੀ ਉਡੀਕ ਕਰਦੇ ਸਮੇਂ ਬੱਚੇ ਦੇ ਮਾਪੇ ਉਸ ਨੂੰ ਤੁਰੰਤ ਹਸਪਤਾਲ ਵੀ ਲੈ ਗਏ, ਤੇ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਤੇ ਪੁਲਿਸ ਨੇ 40 ਸਾਲ ਦੀ ਔਰਤ ਉੱਤੇ ਕੇਸ ਦਰਜ ਕਰ ਦਿੱਤਾ, ਜਿਸ ਨੂੰ ਕਿ ਫਿਲਹਾਲ ਜ਼ਮਾਨਤ ਉੱਤੇ ਛੱਡਿਆ ਗਿਆ ਹੈ, ਪਰ ਉਸ ਉੱਤੇ ਅੱਗੇ ਹੁਣੇ ਕੇਸ ਚੱਲੇਗਾ ਤੇ ਅਦਾਲਤ ਵਿੱਚ ਅੱਗੇ ਪੇਸ਼ੀ ਹੋਵੇਗੀ।